ਹਾਂਜੀ ਦੋਸਤੋ, ਸਵਾਗਤ ਹੈ ਜੀ ਵੀਡੀਓ ਦੇ ਵਿੱਚ। ਅੱਜ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕੰਪਿਊਟਰ ਕਰਾ ਦੀ ਸੈਟਿੰਗ ਸਾਰੀ ਕਿਵੇਂ ਕਰੀਦੀ ਹੈ ਜੀ, ਕਿਵੇਂ ਸਾਰੀ ਫਿਟਿੰਗ ਹੁੰਦੀ ਹੈ ਪਾਈਪਾਂ ਵਗੈਰਾ ਦੀ। ਮੈਂ ਦੇਖਿਆ ਵੈਸੇ ਯੂਟਿਊਬ 'ਤੇ ਬਹੁਤ ਘੱਟ ਲੋਕ ਇਹ ਵੀਡੀਓ ਪਾਉਂਦੇ ਆ ਜੀ। ਅੱਜ ਆਪਾਂ ਤੁਹਾਡੇ ਮੂਹਰੇ ਲੈ ਕੇ ਆਏ ਹਾਂ ਵੀਡੀਓ, ਸਾਰੀ ਦੱਸਦੇ ਹਾਂ ਡਿਟੇਲ ਦੇ ਵਿੱਚ ਵੀ ਕਿੱਦਾਂ ਸਾਰੀ ਸੈਟਿੰਗ ਹੁੰਦੀ ਹੈ, ਕਿੱਦਾਂ ਸਾਰੀਆਂ ਤਾਰਾਂ ਲੱਗਦੀਆਂ ਜੀ। ਸਭ ਤੋਂ ਪਹਿਲਾਂ ਜੀ ਇਹਦੀ ਆਪਾਂ ਗੱਲ ਕਰ ਲਈ ਕੰਟਰੋਲਰ ਦੀ। ਇਹ ਲਾਈਕਰ ਸਿਸਟਮ ਲੱਗਿਆ ਹੋਇਆ ਬਾਈ, ਇਹਦੇ 3 ਤਾਰਾਂ ਲੱਗੀਆਂ ਹੋਈਆਂ ਨੇ, ਤੁਸੀਂ ਦੇਖ ਸਕਦੇ ਹੋ ਥੱਲੇ। ਜਿਹੜੀ ਵਿਚਾਲੇ ਵਾਲੀ ਤਾਰ ਆ ਜੀ ਆਹ ਵਾਲੀ, ਇਹ ਟਰੈਕਟਰ ਦੀ ਬੈਟਰੀ ਤੋਂ ਆਉਂਦੀ ਹੈ ਜੀ, ਜਿਹੜੀ ਬੈਟਰੀ ਨੂੰ ਲੱਗੀ ਹੋਈ ਆ। ਇਹਦੇ ਨਾਲ ਇਹਨੂੰ ਚਾਰਜ ਮਿਲਦਾ ਵਾ ਜੀ, ਕਰੰਟ ਮਿਲਦਾ ਵਾ ਜਿਹਦੇ ਸਿਰ 'ਤੇ ਚੱਲਦਾ ਵਾ। ਅਤੇ ਬਾਕੀ ਦੋ ਦੀਆਂ ਤੁਸੀਂ ਦੇਖ ਸਕਦੇ ਹੋ, ਜਿਹੜੀ ਇੱਕ ਤਾਰ ਆਹ ਵਾਲੀ ਹੈ ਜੀ, ਇਹਦੀ ਉੱਪਰ ਜਾਂਦੀ ਹੈ ਉੱਥੇ ਉੱਪਰ, ਉਹਦੇ ਨਾਲ ਕਨੈਕਟ ਕੀਤੀ ਹੋਈ ਹੈ ਜੀ। ਅਤੇ ਦੂਸਰੀ ਤਾਰ ਆ ਜਿਹੜੀ ਪਰਲੇ ਪਾਸੇ ਵਾਲੀ ਤੀਜੀ, ਉਹ ਇੱਥੇ ਜਾ ਕੇ ਜੀ ਆਹ ਦੇਖ ਸਕਦੇ ਹੋ ਤੁਸੀਂ, ਆਹ ਡਿਸਟ੍ਰੀਬਿਊਟਰ ਨਾਲ ਲੱਗੀ ਹੋਈ ਹੈ ਕੰਪਿਊਟਰ ਕਰਾ ਦੇ, ਜਿਹੜਾ ਇਹਨੂੰ ਉੱਪਰ ਥੱਲੇ ਕਰਦਾ ਵਾ। ਅਤੇ 3 ਤਾਰਾਂ ਅੱਡ ਅੱਡ ਨੇ ਜੀ, ਇੱਕ ਦੇ 2 ਪਿੰਨਾਂ ਲੱਗੀਆਂ ਹੋਈਆਂ ਨੇ ਜਿਹੜੀ ਆਹ ਕਰੰਟ ਵਾਲੀ ਹੈ, ਅਤੇ ਜਿਹੜੀ ਡਿਸਟ੍ਰੀਬਿਊਟਰ ਵਾਲੀ ਉਹਦੇ 3 ਪਿੰਨਾਂ ਨੇ, ਅਤੇ ਉੱਤੇ ਵਾਲੀ ਹੈ ਜਿਹੜੀ ਰਿਸੀਵਰ ਵਾਲੀ ਆ ਉਹਦੇ 4 ਪਿੰਨਾਂ ਲੱਗੀਆਂ ਹੋਈਆਂ ਨੇ, ਤਾਂ ਕਿ ਗਲਤ ਮਲਤ ਨਾ ਲੱਗ ਜਾਵੇ, ਇਹ ਅੱਡ ਅੱਡ ਦਿੱਤੀਆਂ ਹੋਈਆਂ ਨੇ ਜੀ। ਅਤੇ ਇੱਧਰ ਤੁਸੀਂ ਦੇਖ ਸਕਦੇ ਹੋ ਜੀ, ਆ ਪਾਈਪਾਂ ਲੱਗੀਆਂ ਹੋਈਆਂ ਨੇ ਡਿਸਟ੍ਰੀਬਿਊਟਰ ਨੂੰ ਟਰੈਕਟਰ ਦੇ ਨੂੰ ਹਾਈਡ੍ਰੋਲਿਕ। ਅਤੇ ਜਿਹੜਾ ਟਰੈਕਟਰ ਦਾ ਡਿਸਟ੍ਰੀਬਿਊਟਰ ਆਈ ਉਹ ਇੱਕ ਸਾਈਡ ਬੰਨਣਾ ਪੈਂਦਾ ਵਾ, ਤੁਸੀਂ ਦੇਖ ਸਕਦੇ ਹੋ ਜੀ, ਇਹ ਆਪਾਂ ਅੱਗੇ ਨੂੰ ਕਰਕੇ ਟਰੈਕਟਰ 'ਤੇ ਬੰਨਿਆ ਹੋਇਆ ਡਿਸਟ੍ਰੀਬਿਊਟਰ, ਫਿਰ ਹੀ ਚੱਲਦਾ ਬਾਈ ਕੰਪਿਊਟਰ ਕਰਾ। ਅਤੇ ਅੱਗੇ ਆਪਾਂ ਗੱਲ ਕਰੀਏ ਤਰਕੰਡੀ ਦੀ, ਤਰਕੰਡੀ ਦੀ ਫਿਟਿੰਗ ਦੱਸ ਦਿੰਦਾ। ਜਦੋਂ ਵੀ ਤਰਕੰਡੀ ਫਿੱਟ ਕਰਨੀ ਹੈ ਜੀ, ਇਹ ਗੱਲ ਦਾ ਖਿਆਲ ਜ਼ਰੂਰ ਰੱਖਿਆ ਜਾਂਦਾ, ਜਦੋਂ ਆਪਾਂ ਉੱਤੇ ਨੂੰ ਛੱਡਦੇ ਹਾਂ ਇਹ ਆਪਣੇ ਆਪ ਥੱਲੇ ਆਉਣੀ ਚਾਹੀਦੀ ਹੈ ਜੀ। ਦੇਖ ਜੇ ਨਹੀਂ ਆਉਂਦੀ ਹੈਗੀ ਉੱਤੇ ਅੜਦੀ, ਇਹਦਾ ਮਤਲਬ ਤੁਹਾਡਾ ਲੈਵਲ ਸਹੀ ਨਹੀਂ ਗਿਆ, ਇੱਕ ਪਾਸੇ ਨੂੰ ਟੇਢੀ ਮੇਢੀ ਲੱਗੀ ਹੋਈ ਹੈ ਤਰਕੰਡੀ। ਇਸ ਗੱਲ ਦਾ ਖਿਆਲ ਜ਼ਰੂਰ ਰੱਖਿਆ ਜਾਵੇ ਵੀ ਇਹ ਸਿੱਧਾ ਆਪਣੇ ਆਪ ਥੱਲੇ ਆਉਣੀ ਚਾਹੀਦੀ ਆ। ਆਹ ਟਰਾਂਸਮੀਟਰ ਆਈ ਤੁਸੀਂ ਦੇਖ ਸਕਦੇ ਹੋ, ਰਗਬੀ 810 ਲਾਈਕਾ ਦਾ ਟਰਾਂਸਮੀਟਰ ਆਈ, ਬਾਹਰਲੀ ਟੈਕਨੋਲੋਜੀ ਸਵਿਸ ਟੈਕਨੋਲੋਜੀ, ਉੱਥੇ ਤੁਸੀਂ ਦੇਖ ਸਕਦੇ ਲਿਖਿਆ ਹੋਇਆ ਵਾ। ਆਹ ਤੁਸੀਂ ਦੇਖ ਸਕਦੇ ਜੀ ਆਪਾਂ ਟਰਾਂਸਮੀਟਰ ਫਿੱਟ ਕਰਤਾ ਜੀ। ਅਤੇ ਇਹਦੇ ਵਿੱਚ ਨਾ ਇੱਕ ਬਹੁਤ ਵਧੀਆ ਚੀਜ਼ ਦਿੱਤੀ ਹੋਈ ਹੈ, ਤੁਹਾਨੂੰ ਦਿਖਾਉਣਾ ਸ਼ਾਇਦ ਵੀਡੀਓ ਦੇ ਵਿੱਚ ਨਾ ਦੇਖੇ ਤੁਹਾਨੂੰ ਕਲੀਅਰ, ਇੱਥੇ ਦਿੱਤਾ ਹੋਇਆ ਬਾਈ, ਇੱਥੇ ਬਬਲ ਦਿੱਤਾ ਹੋਇਆ ਵਾਟਰ ਬਬਲ, ਇਹਦੇ ਨਾਲ ਆਪਾਂ ਨੂੰ ਲੈਵਲ ਦਾ ਪਤਾ ਲੱਗ ਸਕਦਾ ਵੀ ਟਰਾਂਸਮੀਟਰ ਸਹੀ ਲੱਗਿਆ ਹੋਇਆ ਸਿੱਧਾ ਕਿਸੇ ਪਾਸੇ ਨੂੰ, ਉੱਚਾ ਨੀਵਾਂ ਤਾਂ ਨਹੀਂ। ਜਿਹੜਾ ਵਿਚਾਲੇ ਗੋਲ ਜਿਹਾ ਦਿੱਤਾ ਹੋਇਆ ਉਹਦੇ ਵਿੱਚ ਬਬਲ ਰਹਿਣਾ ਚਾਹੀਦਾ, ਜੇ ਉਹਦੇ ਵਿੱਚ ਰਹਿੰਦਾ ਤਾਂ ਸਮਝ ਲਓ ਸਹੀ ਆ, ਜੇ ਉਹ ਤੋਂ ਬਾਹਰ ਜਾਂਦਾ ਵਾ ਤਾਂ ਤੁਹਾਡੇ ਲੈਵਲ 'ਚ ਫਰਕ, ਆਪਾਂ ਨੂੰ ਤਰਕੰਡੀ ਦੁਬਾਰਾ ਲਾਉਣੀ ਪੈਣੀ ਆ। ਬਹੁਤ ਵਧੀਆ ਚੀਜ਼ ਦਿੱਤੀ ਹੋਈ ਹੈਗੀ ਇਹ। ਚਲੋ ਹੁਣ ਆਪਾਂ ਕਰਦੇ ਹਾਂ ਫਿੱਟ, ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਹੁੰਦਾ। ਚਾਲੂ ਉਸ ਨੂੰ ਔਨ, ਟਰਾਂਸਮੀਟਰ ਨੂੰ ਔਨ ਕਰਨ ਤੋਂ ਪਹਿਲਾਂ ਆਪਾਂ ਆ ਦੇਖ ਸਕਦੇ ਹਾਂ ਪਿੱਛੇ ਚੈੱਕ ਵਾਲੀ ਪੈਨ, ਜਦੋਂ ਆਪਾਂ ਸੜਕ 'ਤੇ ਲੈ ਕੇ ਜਾਂਦੇ ਪੈਨ ਪਾਉਣੀ ਬਹੁਤ ਜ਼ਰੂਰੀ ਹੈ ਜੀ। ਇਹਨੂੰ ਆਪਾਂ ਕੱਢ ਲਈਏ, ਕਰਦੇ ਹਾਂ ਟਰੈਕਟਰ ਨੂੰ ਸਟਾਰਟ। ਆਪਾਂ ਔਨ ਕਰਾਂਗੇ ਜੀ, ਦੇਖਦੇ ਪਿੰਨ ਕੱਢ ਕੇ। ਹੁਣ ਆਪਾਂ ਟਰਾਂਸਮੀਟਰ ਨੂੰ ਔਨ ਕਰਾਂਗੇ ਜੀ, ਆਹ ਦੇਖ ਸਕਦੇ ਆਪਾਂ ਤਾਰ ਲਾ ਦਿੱਤੀ ਇੱਥੇ ਟਰਾਂਸਮੀਟਰ ਦੀ, ਇੱਧਰ ਬੈਟਰੀ ਨਾਲ। ਹਰੀ ਬੱਤੀ ਦੇਖ ਸਕਦੇ ਜੀ ਤੁਸੀਂ ਜਗਦੀ, ਆਹ ਦੇਖ ਸਕਦੇ ਜੀ ਆਪਾਂ ਉੱਚਾ ਬੰਨਤਾ ਵਾ। ਹੁਣ ਆਪਾਂ ਉਹਦੇ ਤੋਂ ਕੰਟਰੋਲਰ ਤੋਂ ਕਰਦੇ ਹਾਂ ਇਹਨੂੰ ਕਨੈਕਟ, ਆਪਾਂ ਮੈਨੂਅਲ 'ਤੇ ਕੀਤਾ ਹੋਇਆ ਸੀਗਾ, ਹੁਣ ਇਹਨੂੰ ਆਟੋ 'ਤੇ ਕਰਾਂਗੇ। ਆਹ ਹੋ ਗਿਆ ਜੀ ਕਨੈਕਟ, ਆਟੋ 'ਤੇ ਕੀਤਾ ਨਾਲ ਹੀ ਆ ਬੱਤੀ ਜਗ ਪਈ, ਜਿੰਨਾ ਚਿਰ ਕਨੈਕਟ ਆ ਉਹਨਾਂ ਚਿਰ ਹੀ ਬੱਤੀ ਲਗਾਤਾਰ ਜਗਦੀ ਰਹਿਣੀ ਹੈ ਜੀ। ਜੇ ਕਿਤੇ ਬਾਈ ਚਾਂਸ ਤੁਹਾਡਾ ਕਨੈਕਸ਼ਨ ਟੁੱਟਦਾ ਵਾ ਤਾਂ ਬੱਤੀ ਨੇ ਜਗਣ ਬੁਝਣ ਲੱਗ ਜਾਣਾ, ਇਹ ਇਸ ਦੀ ਨਿਸ਼ਾਨੀ ਹੈ ਜੀ। ਹੁਣ ਇਹ ਆਪਣਾ ਕਨੈਕਟ ਹੋ ਚੁੱਕਿਆ ਵਾ, ਆਪਾਂ ਉੱਚਾ ਨੀਵਾਂ ਕਰਨਾ ਆਪਾਂ ਇਸ ਤੋਂ ਕਰ ਸਕਦੇ ਜਿੰਨਾ ਆਪਾਂ ਕਰਨਾ ਚਾਹੁੰਦੇ ਹਾਂ। ਜਿਵੇਂ ਆਪਾਂ ਜੇ ਆਪਾਂ ਇਸ ਨੂੰ
ਉੱਪਰ ਨੂੰ ਕਰਾਂਗੇ ਤਾਂ ਕਰਾਹ ਆਪਣਾ ਥੱਲੇ ਨੂੰ ਜਾਊਗਾ, ਜੇ ਆਪਾਂ ਇਹਨੂੰ ਥੱਲੇ ਨੂੰ ਕਰਾਂਗੇ ਕਰਾਹ ਆਪਣਾ ਉੱਤੇ ਨੂੰ ਜਾਊਗਾ। ਹੁਣ ਆਪਣਾ ਨੀਵਾਂ ਵੱਧਦਾ ਥੋੜ੍ਹਾ ਜਿਹਾ ਉੱਚਾ ਕਰਾਂਗੇ ਆਪਾਂ। ਉਹ ਦੇਖੋ ਜੀ ਕਰਾਹ ਉੱਤੇ ਨੂੰ ਉੱਠ ਖੜਿਆ। ट्रांसमीटर की रेंज जी पूरे 1 किलोमीटर तक आ, 1 किलोमीटर डायामीटर आई, मतलब जिमें हम इतने लग्या हुआ वा 500 मीटर इस पास नो, 500 मीटर उस पास नो, मतलब सारे पास नो अद्धा अद्धा किलोमीटर आई। जो वीडियो चंगी लगी तो जी चैनल सबसक्राइब कर लियो, तो कमेंट दस सकते जो होर किस तरह के वीडियो हो। थैंक यू।